टीवी जिमें कि जनाब पता है कि दोनों नवी तो नवी लैके वीडियो हाजिर होंगे हैं तो अज भी नवी वीडियो लैके हाजिर हो जनाब एक मझ एक गां है तो कैमरामैन कराएगा तसली बाकी पूछांगे मालकां नूं की हिसाब किताब है। यह मझ नंबर एक है जनाब निक्का निक्का सिर बरीक पतली बूथी एडी लम्मी दौन तो जनाब गिठ गिठ दियां विरलां मालकां ने कहा है कि जनाब घोर नीली दी नां चोटी होवे तां असीं फ्री देवांगे। लम्मा पूछर जनाब वेखो थले तक चड्डा वेखो चोटी का जनाब गिठ गिठ दियां विरलां जनाब बाकी तुहाडे कैमरे की नज़र है चप्पा चप्पा पशम जनाब चाचा रोकी रख भी जाए सब्या ने छे जनाब चुपी खड़ी जे ठीक है जी मगर इन की हिसाब किताब है पुछा ने मालकान कैमरामैन साहब बड़े कैमरे की नज़र है मगर इन बच्चा है जनाब बाकी कर लेने चाचे न गल की इनका हिसाब किताब है। सलामुअलैकुम चाचा जी। वालेकुम सलाम जी। चाचा साहब तू पहले अपना नाम दसो नाम की जी नाम जी मम्मा शरीफ मम्मा शरीफ ए जड़ी तुहाडी जोटी विखाई है हां जी ए किनवा सुहास हुई है जी ए जी पहला सुहास हुई है जी पहला सुहास हुई है पिछे इंदे की है जी इंदे पिछे कट्टा है जी कट्टा ते किन्ने दिन हो गए सुई नु आज जी इनु 5 दिन हो गए सुई नु 5 दिन सुई नु हो गए ते किन्ना दूध कर रही है ए दूध कर ले जी ए 10 तो 12 लीटर है 10 तो 12 लीटर कर रही है सुई हुई है ठीक हो गया जी हाले कोई गुड़ मसाला नहीं दिता ते ए जले की है तू बाहर जावेगी ते किन्ना दूध करेगी ए अल्लाह दी मेहरबानी नाल जेड़ा ना जी 18 तो 16 लीटर करेगी मसल 15-16 लीटर ही कर दी खुला करे दी जी आराम नाल ठंडा दूध करे ए जोटी प्योर नीली दी है या नीली जी दरिया दी जी दरिया दी जोटी है दरिया दे चांद निशानियां कोई पता हैगा जे माड़ा दस दियो का निक्का निक्का सिर ते कान लम्मे जी जी चार चार उंगल पशम ते पुठे वेख केडे खुट वड्डे ने सोहनी जोटी पैरां तो लै ते सिर ते कर लम्मी बूथी ते पतली बरीक कन्नी ठीक हो गया जी खास नीली दी दरिया दी मैं ਤੁਹਾਡੇ ਸਾਹਮਣੇ ਖੜੀ ਹੈ ਤੁਸੀਂ ਵੇਖਦੇ ਪਏ ਥੱਲੇ ਜੇ ਥੱਬੇ ਜਿਹੜਾ ਚੱਡ ਹੈਗਾ ਹਲੇ ਚੋਈ ਨੂੰ ਇੱਕ ਤਾਂ ਵੱਜਿਆ ਹਲੇ ਟਾਈਮ ਕਿਹੜਾ ਹੋਇਆ ਟਾਈਮ ਇੱਕ ਹੋ ਗਿਆ ਜੀ ਇੱਕ ਪੂਰਾ ਹੋ ਗਿਆ ਤੁਸੀਂ ਆਏ ਲੇਟ ਜੇ ਠੀਕ ਹੋ ਗਿਆ ਜੀ ਤੇ ਇਹਦਾ ਹੁਣ ਪਿਆਰ ਮੁਹੱਬਤ ਵਾਲਾ ਜਿਹੜਾ ਮੁੱਲ ਹੈ ਨਾ ਪਿਆਰ ਮੁਹੱਬਤ ਵਾਲਾ ਮੁੱਲ ਕਰਨਾ ਹੈ ਪਿਆਰ ਮੁਹੱਬਤ ਵਾਲਾ ਮੁੱਲ ਤਾਂ ਭਾਵੇਂ ਜਿੰਨਾ ਮਰਜ਼ੀ ਕਰਾ ਲਓ ਹਾਂਜੀ 260 ਦੀ ਜੋਟੀ ਵੇਚਣੀ ਹੈ 260,000 ਦੀ ਜੀ ਸਰ ਤੇ 260,000 ਦੇ ਵਿੱਚ ਵੀ ਕੋਈ ਪਿਆਰ ਮੁਹੱਬਤ ਅਸੀਂ ਕਰਾਂ ਬਸ ਉਹ ਕੋਈ ਥੋੜਾ ਬਹੁਤਾ ਤੁਹਾਡੇ ਨਾਲ ਪਿਆਰ ਮੁਹੱਬਤ ਹੋ ਜਾ ਸਿੱਧਾ ਠੀਕ ਹੋ ਗਿਆ ਜੀ ਹਾਂਜੀ ਇਹ ਜੀ ਤੁਹਾਡੇ ਨਜ਼ਰਾਂ ਦੇ ਸਾਹਮਣੇ ਜਨਾਬ ਮਾਲਕ ਕਹਿੰਦਾ ਹੈ 10-12 ਲੀਟਰ ਦੁੱਧ ਦੇ ਰਹੀ ਹੈ 5 ਦਿਹਾੜੇ ਸੂਈ ਨੂੰ ਹੋਏ ਨੇ ਪਿਓਰ ਨੀਲੀ ਦੀ ਜੁੱਟੀ ਹੈ ਜੀ ਗਿੱਠ ਗਿੱਠ ਦੀਆਂ ਵਿਰਲਾਂ ਜਨਾਬ ਕੈਮਰੇ ਦੀ ਨਜ਼ਰ ਹੈ ਤੁਹਾਡੇ ਦੀ ਠੀਕ ਹੋ ਗਿਆ ਮੈਲੇ ਤੋਂ ਗਈ 14-15 ਲੀਟਰ ਦੁੱਧ ਦੇਵੇਗੀ ਜਨਾਬ ਚੱਪਾ ਚੱਪਾ ਪਸ਼ਮ ਜਨਾਬ ਅਤੇ ਪੂਛਲ ਥੱਲੇ ਲੱਗਦੀ ਹੈ ਜੁੱਟੀ ਦੀ पिछे इन्दे कट्टा है ठीक हो गया जी ते दूसरे नंबर ते ए गां है जी इन्हां दी ए भी चेक करो जी ए भी करांगे मालकां नाल गल्लां इन्दा की हिसाब किताब है तुहाडे कैमरे की नज़र है जनाब थण लाटू रंगा पहला सुहा सोना सू ਬਾਕੀ ਜੋ ਗੱਲਾਂ ਨੇ ਉਹ ਕਰਾਂ ਦੇ ਮਾਲਕਾਂ ਨਾਲ ਜੀ ਇਹਦਾ ਕੀ ਹਿਸਾਬ ਕਿਤਾਬ ਹੈ ਕਿਹੜੀ ਨਸਲ ਹੈ ਜੀ ਮੂੰਹ ਮਾਲਕ ਦੱਸਦੇ ਨੇ ਚੌਗੀ ਜੀ ਜੋ ਨਸਲ ਜ਼ਾਤ ਹੈ ਉਹ ਕਰਾਂਗੇ ਮਾਲਕਾਂ ਨਾਲ ਗੱਲਾਂ ਜੀ ਵਿਰਲਾ ਵੇਖੋ ਜੀ ਗਿੱਠ ਗਿੱਠ ਦੀਆਂ ਵਿਰਲਾਂ ਜਨਾਬ ਬਾਕੀ ਕਰ ਲੈਣੇ ਮਾਲਕਾਂ ਨਾਲ ਗੱਲਾਂ ਚਾਚਾ ਜੀ ਇੱਧਰ ਆਵਾ ਜੇ ਖਮਾੜਾ ਜਿਹਾ ਜੀ ਜੀ
ਸਲਾਮੁਅਲੈਕਮ ਜੀ। ਵਾਲੇਕਮ ਸਲਾਮ ਜੀ। ਚਾਚਾ ਜੀ ਇਹ ਤੁਹਾਡੀ ਮੱਝ ਵੀ ਵਿਖਾਈ ਸੀ ਤੇ ਇਹ ਦੋ ਨੰਬਰ ਗਾਂ ਹੈ ਤੁਹਾਡੀ, ਇਹ ਗਾਂ ਵੀ ਵਿਖਾਈ ਹੈ, ਇਹ ਨਸਲ ਜ਼ਾਤ ਕਿਹੜੀ ਹੈ? ਇਹ ਜੀ ਆਸਟ੍ਰੇਲੀਆ ਦੀ ਨਸਲ ਹੈ ਤੇ ਪਹਿਲਾ ਸੂਆ ਇਹਨੇ ਸੋਣਾ ਹੈ। ਪਹਿਲਾ ਸੂਆ ਸੋਣਾ ਸੂ ਜੀ, ਪੇਵਰ ਨਸਲ ਆਸਟ੍ਰੇਲੀਆ ਪਿਓਰ। ਨਿੱਕੇ ਨਿੱਕੇ ਕਾਨਾ ਤੁਹਾਡੇ ਸਾਹਮਣੇ ਖੜੀ ਨਸਲ ਤਾਂ ਤੁਸੀਂ ਵੀ ਸਮਝਦੇ ਨੇ ਇਸ ਚੀਜ਼ ਨੂੰ। ਚਾਚਾ ਇਹਨਾਂ ਕੋ ਦੁੱਧ ਦਾ ਪਤਾ ਹੈ ਕਿ ਕਿੰਨਾ ਕਰੇਗੀ ਪਹਿਲੇ ਸੂਏ? ਇਹ ਤਾਂ ਹੁਣ ਪਹਿਲੇ ਸੂਏ ਜਿਸਲੇ ਸੂਵੇਗੀ ਇਹ ਅੱਲਾ ਦੀ ਮਿਹਰਬਾਨੀ ਨਾਲ 20-25 ਲੀਟਰ ਦੁੱਧ ਕਰੇਗੀ। ਗਰੰਟੀ ਨਾਲ ਜੀ? ਗਰੰਟੀ ਨਾਲ ਜੀ। ਇਹਨਾਂ ਨਾ ਕਰੇ ਤੇ ਜਨਾਬ ਪਿਆਰ ਮੁਹੱਬਤ ਵਾਲਾ ਜਿਹੜਾ ਲੈਣੇ ਨੇ ਨਾ ਪੱਕੇ ਜੇ ਪੈਸੇ ਪੰਡਾ ਨਹੀਂ ਬਣਨੀਆਂ ਜਿਹੜੇ ਇਹਦੇ ਮੂੰਹ ਤੇ ਪੈਂਦੇ ਨੇ ਨਾ। ਹਾਂਜੀ ਉਹ ਦੱਸੋ ਜੀ। ਇਹਦਾ ਜੀ ਰੇਟ ਹੈ 2,80,000 ਰੁਪਈਆ। 2,80,000 ਰੁਪਈਆ ਜੀ। 2,80,000 ਦੇ ਵਿੱਚ ਪਿਆਰ ਮੁਹੱਬਤ ਵੀ ਹੁੰਦਾ ਸਾਡਾ? ਉਹ ਪਿਆਰ ਮੁਹੱਬਤ ਤੁਹਾਡੇ ਨਾਲ ਕੋਈ ਥੋੜ੍ਹਾ ਬਹੁਤਾ ਕਰ ਲਵਾਂਗੇ ਇਹਦੇ ਜੀ। ਅਤੇ ਕਿੰਨੇ ਦਿਹਾੜੇ ਲੈਂਦੀ ਸੋਣ ਨੂੰ ਚਾਚਾ? ਇਹ ਹਾਲੇ ਲਵੇਗੀ ਜੀ ਕੋਈ 7-8 ਦਿਹਾੜੇ। ਅਤੇ ਮੂੰਹ ਪੱਕੀ ਚੌਗੀ ਹੈ ਨਾ? ਪੱਕੀ ਚੌਗੀ ਜਨਾਬ। ਠੀਕ ਹੋ ਗਿਆ ਜਨਾਬ। ਆ ਤੁਹਾਡੇ ਸਾਹਮਣੇ ਖੜੀ ਵੇਖੋ, ਇਹਦੀ ਨਸਲ ਵੇਖੋ, ਇਸ ਦੀ ਤਬੀਅਤ ਵੇਖੋ ਜੀ। 2,80,000 ਰੁਪਈਆ ਕਹਿੰਦੇ ਨੇ ਮਾਲਕ ਤੇ ਵਿੱਚ ਪਿਆਰ ਮੁਹੱਬਤ ਵੀ। ਅਤੇ ਕੈਮਰਾਮੈਨ ਸਾਹਿਬ ਇਹਨੂੰ ਦੁਬਾਰਾ ਜਲਕੀ ਮੰਗਵਾਓ ਖਾਂ ਤਸੱਲੀ ਨਾਲ। ਜਨਾਬ 2,80,000 ਰੁਪਈਆ ਤੇ ਵਿੱਚ ਪਿਆਰ ਮੁਹੱਬਤ 20-22 ਲੀਟਰ ਦੁੱਧ ਦੇ ਦੇਵੇਗੀ ਅੱਲਾ ਦੇ ਹੁਕਮ ਨਾਲ। 10-25 ਨੇ 20-22 ਲੀਟਰ ਪੱਕਾ ਦੇਵੇਗੀ। ਤੁਹਾਡੇ ਕੈਮਰੇ ਦੀ ਨਜ਼ਰ ਜਨਾਬ ਮੂੰਹ ਚੌਗੀ। ਇੱਕ ਵਾਰੀ ਕੈਮਰਾਮੈਨ ਸਾਹਿਬ ਇਹ ਜੋਟੀ ਨੂੰ ਜਲਕੀ ਵਗਵਾ ਦਿਓ। ਪਿਓਰ ਨੀਲੀ ਦੀ ਜੋਟੀ ਹੈ ਜਨਾਬ, ਵੇਖੋ ਤੁਹਾਡੇ ਕੈਮਰੇ ਦੀ ਨਜ਼ਰ ਹੈ। ਦਰਿਆ ਤੇ ਕਬੂਤਰ ਵੀ ਉਡਾਉਂਦੇ ਨੇ। ਮਾੜੀ ਜੋਟੀ ਛੱਡ ਕੇ ਚੈੱਕ ਕਰਾਵੇ ਵੀ ਛੇ ਕੱਟਾ ਹੈ ਜਨਾਬ। 5 ਦਿਹਾੜੇ ਸੂਈ ਨੂੰ ਇਹ 12 ਲੀਟਰ ਦੁੱਧ ਕਰ ਰਹੀ ਹੈ। ਚੱਪਾ ਚੱਪਾ ਪਸ਼ਮ ਜਨਾਬ।